ਤਸਵੀਰਾਂ 'ਚ ਮੂੰਹ ਬੰਨੇ ਬੈਠੇ ਇਹ ਨੌਜਵਾਨ ਐਕਟਿਵਾ ਚੋਰ ਨੇ ਜੋ ਹੁਣ ਤੱਕ 40 ਤੋਂ ਵੱਧ ਵਾਹਨ ਚੋਰੀ ਕਰ ਚੁੱਕੇ ਨੇ। ਜੀ ਹਾਂ, ਲੁਧਿਆਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਮਿਲੀ ਹੈ ਜਦੋਂ ਪੁਲਿਸ ਨੇ ਚੋਰ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ। ਦੋਸ਼ੀਆਂ ਕੋਲੋਂ ਪੁਲਿਸ ਨੇ 4 ਐਕਟਿਵਾ, 2 ਮੋਟਰਸਾਈਕਲ, 7 ਆਰਸੀ ਅਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ। ਜਾਣਕਾਰੀ ਮੁਤਾਬਕ ਇਹ ਚੋਰ DMC ਦੇ ਅੱਗੇ ਅਤੇ ਉਸ ਤੋਂ ਅੱਗੇ ਮਿੰਨੀ ਸਕੱਤਰੇ ਤੋਂ 2 ਵੀਲਰ ਚੋਰੀ ਕਰਦੇ ਸਨ। ਕੱਲ੍ਹ ਮਿਤੀ 15/9/2019 ਨੂੰ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵੱਲੋਂ ਮੁੱਖ ਬਰਖਾਸਤ ਦੀ ਇਤਲਾਹ 'ਤੇ 5 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਚੋਰੀ ਦੇ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੇ ਗਏ। ਗ੍ਰਿਫਤਾਰ ਵਿਅਕਤੀਆਂ ਪਾਸੋਂ 7 ਆਰਸੀਆਂ ਜਿਹੜੀਆਂ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਅਤੇ ਐਕਟਿਵਾ ਨੂੰ ਡਿਸਪੋਜ਼ ਆਫ ਕਰਤਾ ਸੀ, ਉਹਨਾਂ ਦੀਆਂ ਬਰਾਮਦ ਹੋਈਆਂ ਨੇ। ਇਹਨਾਂ ਵਿੱਚੋਂ 2 ਬੰਦੇ 2 ਵੀਲਰ ਚੋਰੀ ਕਰਦੇ ਸੀ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ, ਅਤੇ 2 ਇਹਨਾਂ 'ਚੋਂ ਕਬਾੜ ਦਾ ਕੰਮ ਕਰਦੇ ਸੀ, ਜਿਨ੍ਹਾਂ ਨੂੰ ਇਹ ਕਬਾੜੀਆਂ ਨੂੰ ਲਿਜਾ ਕੇ ਵੇਚਦੇ ਸੀ। 1 ਵਿਅਕਤੀ ਜਿਹੜਾ ਚੋਰਾਂ ਦਾ ਅਤੇ ਕਬਾੜੀਆਂ ਦਾ ਦਲਾਲ ਸੀਗਾ, ਵਿੱਚੋਂ ਕਮਿਸ਼ਨ ਲੈ ਕੇ ਕਬਾੜੀਆਂ ਨੂੰ ਮਾਲ ਵਿਕਾਉਂਦਾ ਸੀ ਅਤੇ ਕਬਾੜੀਏ ਅੱਗੇ ਡਿਸਪੋਜ਼ ਆਫ ਕਰਦੇ ਸੀ। ਇਹਨਾਂ ਵਿੱਚੋਂ 1 ਵਿਅਕਤੀ ਦੇ ਖਿਲਾਫ ਪਹਿਲਾਂ ਵੀ ਥਾਣਾ ਡੱਬਾ 'ਚ ਚੋਰੀ ਦਾ ਮੁਕੱਦਮਾ ਦਰਜ ਹੈ। ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਤੋਂ 3 ਮੋਟਰਸਾਈਕਲ ਅਤੇ 4 ਐਕਟਿਵਾ ਬਰਾਮਦ ਹੋ ਚੁੱਕੇ ਆ। 7 ਆਰਸੀਆਂ ਬਰਾਮਦ ਹੋ ਗਈਆਂ, ਜਿਨ੍ਹਾਂ ਦੇ ਕਿ ਐਕਟਿਵਾ ਜਿਹੜੀਆਂ ਸੀਗੀਆਂ ਉਹ ਵੇਚ ਚੁੱਕੇ ਆ ਕਬਾੜ 'ਚ। ਇਸ ਤੋਂ ਇਲਾਵਾ ਹੁਣ ਤੱਕ ਦੀ ਤਫਤੀਸ਼ ਤੋਂ ਪਤਾ ਲੱਗਿਆ ਵੀ ਘੱਟੋ ਘੱਟ 20 ਵਹੀਕਲ ਇਹ ਕਬਾੜ ਵਿੱਚ ਚੋਰੀ ਸ਼ੁਦਾ ਵੇਚ ਚੁੱਕੇ ਆ। ਫਿਲਹਾਲ ਪੁਲਿਸ ਨੇ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।